ਕੋਠੀ ਤੋਂ ਹੀ ਕੋਠੀ ਰਿਨਿਊ ਕਰਤੀ ਹਾਂਜੀ ਹਾਂਜੀ ਨਵਾਂ ਕਰਤਾ ਪਹਿਲਾਂ ਸਿੰਪਲ ਕੋਠੀ ਸੀਗੀ ਮੰਨ ਲਓ ਹੁਣ ਜਾਂ ਡਿਜ਼ਾਈਨਦਾਰ ਬਣਾਤੀ ਨਾ ਹੁਣ ਡਿਜ਼ਾਈਨ ਕਰ ਬਈ ਉਹਨੇ ਉਹਨੇ ਏਰੀਆ ਦੇ ਵਿੱਚ ਵੀ ਜਿਹੜਾ ਨਵਾਂ ਡਿਜ਼ਾਈਨ ਤਿਆਰ ਕਰਾਉਣਾ ਹਾਂਜੀ ਹਾਂਜੀ ਉਹ ਨਵਾਂ ਵੀ ਹੋ ਜੂ ਹਾਂਜੀ ਬਣਾਉਣਾ ਆ ਵੀ ਇੱਥੇ ਪਹਿਲਾਂ ਪੌੜੀ ਜਿਹੜੀ ਸੀਗੀ ਇਹ ਭੰਨ ਤੋੜ ਕਰਕੇ ਹੁਣ ਇੱਥੋਂ ਚੜਾਉਣੀ ਆ ਪੌੜੀ ਇੱਥੋਂ ਪੌੜੀ ਚੜੀ ਸੀ ਪਹਿਲਾਂ ਚੜੀ ਸੀ ਹਾਂਜੀ ਠੀਕ ਹੈ ਸਾਰਾ ਆਟ ਮਾੜੀ ਚੱਕ ਕੇ ਦੇਖੋ ਤੁਸੀਂ ਆ ਹੀ ਚੱਕ ਲਓ ਗੱਲੀ ਇਹ ਛੋਟੀ ਆ ਨਾ 2.5 ਫੁੱਟ ਵਾਲੀ ਤੇ ਨਹੀਂ ਇਹਦੀ ਜੇ ਰੇਟ ਤੁਸੀਂ ਵੇਖੋ ਕਿੰਨਾ ਕ ਹੋਊਗਾ ਅਣਜਾਣ ਬੰਦਾ ਮੰਨ ਲਾ ਬਈ ਅਣਜਾਣ ਬੰਦਾ ਕੋਈ ਤੂੰ ਹੁਣ ਮੈਂ ਕਹਿ ਚਵੇਂ ਚਗਾਟ ਚੱਕ ਕੇ ਦੇਖ ਲੈ ਉਹਨੂੰ ਹੁਣ ਕਾਸੇ ਬਾਰੇ ਨਹੀਂ ਪਤਾ ਉਹ ਮੋਟੀ ਕਿਹੜੀ ਚੀਜ਼ ਤੋਂ ਹੁੰਦਾ ਜਲਾ ਬੇਬੀ ਇਹ ਟਾਟਾ ਦੀ ਚੰਗੀ ਆ ਇਹ ਵੇਟ ਤੋਂ ਹੀ ਪਤਾ ਲੱਗ ਜਾਂਦਾ ਏ ਆਵੇ ਹੁਣ ਟਾਟਾ ਦੀ ਸ਼ੀਟ ਲਿਖੀ ਵੀ ਇੱਥੇ ਆ ਦੇਖੋ ਇਹ ਤੇ ਟਾਟਾ ਦੀ ਸ਼ੀਟ ਲੱਗਾ ਲੋਗੋ ਹਾਂਜੀ ਹਾਂਜੀ ਪੱਕਾ ਕਰਕੇ ਲਾਇਆ ਅਗਲਿਆਂ ਦਾ ਇਹ ਨਾ ਅੰਦਰੋਂ ਪੇਂਟ ਕਰਾ ਦਿੰਦੇ ਠੀਕ ਹੈ ਮੈਂ ਕਰਵਾਈ ਨਹੀਂ ਠੀਕ ਹੈ ਸਿਰਫ ਆ ਟਾਟਾ ਦੀ ਸ਼ੀਟ ਵੀ ਦਿਖਾਉਣ ਦੀ ਖਾਤਰ ਗੁਰਸੇਵਕ ਵੀਰੇ ਆਪਣੇ ਪਿੰਡ ਦੇ ਵਿੱਚ ਇੱਥੇ ਇੱਥੇ ਪਿੰਡ 'ਚ ਕਿੰਨੀਆਂ ਕੋਠੀਆਂ ਤਿਆਰ ਕਰਦੇ ਨੇ ਪਲਾਸਟਰ ਦੀ ਲੋੜ ਨਹੀਂ ਪਹਿਲਾਂ ਹੀ ਮਿਹਨਤ ਬਹੁਤ ਕਰ ਲਈ ਵੀਰੇ ਇਸ ਤੇ ਇਹ ਤੇ ਟਾਈਮ ਵੀ ਮੈਂ ਖਾਸਾ ਰੀਜਨਲ ਆਇਆ ਹੋ ਟਾਈਮ ਵੀ ਵੀਰੇ ਬਸ ਆਈ ਆ ਹੁਣ ਚੀਜ਼ ਵੀ ਵਧੀਆ ਬਣੀ ਵੀ ਆ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਲੈ ਵੀ ਪਿੰਡ ਵੱਡਾ ਮਈਆਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਗੱਲ ਆਏ ਹਾਂ ਪਿੱਛੇ ਤੁਸੀਂ ਮੇਰੇ ਦੇਖ ਰਹੇ ਹੋ ਕੋਠੀਆਂ ਤਿਆਰ ਹੁੰਦੀਆਂ ਘਰ ਤਿਆਰ ਹੁੰਦੇ ਆ ਕੰਟਰੈਕਟ ਲੈਂਦੇ ਆ ਠੇਕੇਦਾਰਾਂ ਦੀ ਗੱਲ ਕਰੀਏ ਸਾਰੀ ਗੱਲਬਾਤ ਆ ਜੋ ਵੀਡੀਓ ਦੇ ਵਿੱਚ ਕਰਾਂਗੇ ਵੱਖਰੀ ਗੱਲਬਾਤ ਕੀ ਆ ਵੱਖਰੀ ਗੱਲਬਾਤ ਆਏ ਆ ਜੋ ਮੇਰੇ ਪਿੱਛੇ ਤੁਸੀਂ ਕੋਠੀ ਦੇਖਦੇ ਹੋ ਨਾ ਇਹ ਕੋਠੀ ਨੂੰ ਅਪਗ੍ਰੇਡ ਕੀਤਾ ਮੋਡੀਫਾਈ ਕੀਤਾ ਘਰ ਤੋਂ ਨਵੀਂ ਕੋਠੀ ਵੀ ਤਿਆਰ ਕਰਾਉਣੀ ਹੈ ਨਵਾਂ ਘਰ ਵੀ ਪਾਉਣਾ ਉਹ ਵੀ ਬਾਈ ਸਾਰੀ ਜ਼ਿੰਮੇਵਾਰੀ ਸਾਂਭ ਲੂਗਾ ਆਪਾਂ ਬਾਈ ਨਾਲ ਚੱਲਦੇ ਹਾਂ ਆਪਾਂ ਗੱਲਬਾਤ ਕਰਦੇ ਹਾਂ ਜਿਨ੍ਹਾਂ ਦੇ ਆਪਾਂ ਘਰ ਖੜ੍ਹੇ ਹਾਂ ਉਹ ਮਾਲਕਾਂ ਨਾਲ ਵੀ ਗੱਲਬਾਤ ਵਿੱਚ ਦੀ ਕਰਾਂਗੇ ਪਹਿਲਾਂ ਬਾਈ ਕੋਲ ਮੈਂ ਲੈ ਕੇ ਚੱਲਦਾ ਜਿਹੜਾ ਕਹਿ ਦਈਏ ਵਿਸ਼ਾ ਆਪਣਾ ਬਾਈ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਗੱਲ ਆਏ ਹਾਂ ਵੀਰੇ ਆਪਣਾ ਨਾਮ ਦੱਸਿਓ ਪਹਿਲਾਂ ਗੁਰਸੇਵਕ ਆ ਵੀਰੇ ਗੁਰਸੇਵਕ ਗੁਰਸੇਵਕ ਵੀਰੇ ਆਪਣੇ ਪਿੰਡ ਦੇ ਵਿੱਚ ਇੱਥੇ ਇੱਥੇ ਪਿੰਡ 'ਚ ਕਿੰਨੀਆਂ ਕੋਠੀਆਂ ਤਿਆਰ ਕਰਦੇ ਨੇ ਬਾਕੀ ਆਪਾਂ ਜਿਹੜੀਆਂ ਤਿਆਰ ਕੀਤੀਆਂ ਉਹ ਸੀਨ ਵੀ ਆਪਾਂ ਲਾ ਦਾਂਗੇ ਇੱਥੇ ਆ ਜਿਵੇਂ ਮੈਂ ਕਿਹਾ ਕੋਠੀ ਤਿਆਰ ਹੁੰਦੀ ਪਈ ਇਹ ਕੋਠੀ ਨਵੇਂ ਸਰਾਉਣੀ ਤਿਆਰ ਕੀਤੀ ਹੈ ਮੋਡੀਫਾਈ ਹੋਈ ਹੈ ਘਰ ਤੋਂ ਕੀਤੀ ਵੀ ਹੈ ਇਹ ਪਲੈਨ ਬਾਪੂ ਜੀ ਹੋਣਾ ਦੇ ਬਾਪੂ ਜੀ ਤੁਸੀਂ ਕੀ ਜਦੋਂ ਸੱਦਿਆ ਭਰਾ ਨੂੰ ਕਿਹਾ ਵੀ ਆਪਾਂ ਘਰ ਤੋਂ ਕੋਠੀ ਖੜੀ ਕਰਨੀ ਇਹਦੇ 'ਚ ਬਦਲਾਅ ਪਹਿਲਾਂ ਬਾਈ ਮੋਟਾ ਮੋਟਾ ਕੀ ਕੀਤਾ ਬਦਲਾਅ ਵੀਰੇ ਅੰਦਰੋਂ ਕੁਛ ਕਮਰੇ ਮਾੜੀ ਮੋਟੀ ਭੰਨ ਤੋੜ ਕੀਤੀ ਆ ਬਾਹਰੋਂ ਕੀਤਾ ਤੇ ਉੱਪਰ ਸਾਰਾ ਕਰ ਦੇਣਾ ਨਕਸ਼ਾ ਆਪ ਤਿਆਰ ਕੀਤਾ ਕਿ ਬਾਪੂ ਜੀ ਇਹਨਾਂ ਨੇ ਕੀਤਾ ਸਾਰਾ ਨਕਸ਼ਾ ਜੇ ਮੈਂ ਆਪ ਕਰਾਉਂਗਾ ਤਿਆਰ ਇਹ ਵੈਦ ਮਟੀਰੀਅਲ ਆ ਕੰਮ ਠੀਕ ਜੇ ਆਪ ਕਰਾਉਂਗਾ ਤਿਆਰ ਉਹਦੇ ਵਿੱਚ ਮੈਂ ਮਾੜੀ ਮੋਟੀ ਬੱਚਤ ਜੀ ਕਰੂੰਗਾ ਠੀਕ ਹੈ ਹੁਣ ਨਕਸ਼ਾ ਵਾਲਾ ਆਪ ਗੇੜਾ ਮਾਰਦਾ ਇੱਥੇ ਹਾਂਜੀ ਚੈੱਕ ਕਰਕੇ ਆਉਂਦਾ ਕੰਮ ਸਾਰਾ ਸਹੀ ਉਹਦੇ ਮੁਤਾਬਕ ਹੀ ਹੁੰਦਾ ਕੰਮ ਅੱਛਾ ਤੁਸੀਂ ਲੱਤ ਘੁੱਤ ਵਾਲਾ ਕੰਮ ਹੈ ਨਹੀਂ ਗਾ ਵੈਦ ਮਟੀਰੀਅਲ ਹੀ ਕੰਮ ਕਰਦੇ ਸਾਰਾ ਓਵਰ ਵਾਲੀ ਅਗਲੇ ਨੇ ਤੁਹਾਨੂੰ ਸਾਂਭ ਦੇਣਾ ਬਈ ਆਣ ਵੀ ਇਹਨਾਂ ਨੇ ਪਸੰਦ ਕਰਨਾ ਬਸ ਸਾਰਾ ਜੋ ਲਾਉਣਾ ਆਪ ਆਪ ਪਸੰਦ ਕਰਨਾ ਆਪ ਹੀ ਸਾਰਾ ਕਰਕੇ ਆਉਣਾ ਤੁਸੀਂ ਬਸ ਕੋਠੀ ਪਾ ਕੇ ਦੇਣੀ ਹਾਂਜੀ ਕੋਠੀ ਜਾਂ ਘਰ ਜਿਵੇਂ ਵੀ ਅਗਲੇ ਸਮਾਨ ਜਿਹੜਾ ਇਹਨਾਂ ਨੇ ਪਸੰਦ ਕਰਨਾ ਉਹੀ ਲੱਗਣਾ ਵੀ ਮੈਂ ਆਪਦੀ ਮਰਜ਼ੀ ਨਾਲ ਨਹੀਂ ਲਾਉਣਾ ਕੋਈ ਸਾਰਾ ਟੌਪ ਦਾ ਸਮਾਨ ਹੀ ਲੱਗ ਜਾਂਦਾ ਆ ਸਰੀਆ ਸਾਰਾ ਟਾਟਾ ਦਾ ਵਰਤਦੇ ਆ ਸਰੀਆ ਟਾਟਾ ਦਾ ਜੀ ਜਿੰਨੀਆਂ ਵੀ ਚੀਜ਼ਾਂ ਸਾਰਾ ਵਰਕ ਹੋਣਾ ਕੋਠੀ ਤੇ ਉਹ ਸਾਰਾ ਕੰਪਨੀ ਦਾ ਹਾਂਜੀ ਹਾਂਜੀ ਕੋਈ ਇੱਧਰ ਉੱਧਰ ਨਹੀਂ ਜੇ ਬੰਦੇ ਨੇ ਅੱਖ ਪਰਖ ਕਰਨੀ ਆ ਇਹ ਵੀ 16 ਗੇਜ ਚ ਆ ਜੀ ਠੀਕ ਹੈ ਜੀ ਟਾਟਾ ਦੀ ਚਾਦਰ ਆ ਦਿਖਾਈਏ ਹਾਂਜੀ ਹਾਂ ਆਪ ਉਧਰ ਨਾਲ ਚੱਲਦੇ ਵੀ ਆਪਾਂ ਦੇਖ ਵੀ ਲੈਨੇ ਆ ਅੱਜ ਗਾਠ ਇਕੱਲੇ 2.5 ਕੁਇੰਟਲ ਤੱਕ ਬਣੀ ਹੈ ਆਹਾਂ ਇੰਚੀ ਆ ਆਹਾਂ 2.5 ਕੁਇੰਟਲ ਦੀ ਆ ਇੱਕ ਗੱਲ ਹੋਰ ਵੀਰੇ ਜਿਵੇਂ ਹੁਣ ਮੈਨੂੰ ਅਗਲਾ ਫੋਨ ਲਾ ਲੇ ਜੇ ਕਿ ਇਹਨੇ ਐਡ ਕਰਾਉਣੀ ਹੈ ਅਗਲਾ ਕਹਿੰਦਾ ਭਾਈ ਤੇਰੇ ਕੋਲ ਕੈਮਰਾ ਹੈਗਾ ਤੇਰੇ ਕੋਲ ਡਰੋਨ ਹੈਗਾ ਸੰਦ ਪੁੱਛ ਲੈਂਦਾ ਉਵੇਂ ਜੇ ਅਗਲਾ ਤੁਹਾਨੂੰ ਕਵੇ ਭਾਈ ਪੂਰੇ ਵੱਡੇ ਪੱਧਰ ਤੇ ਕੰਮ ਕਰਨਾ ਹਾਈਡਰ ਵਾਲਾ ਕੰਮ ਵੀ ਆਊਗਾ ਇੱਥੇ ਵੀ ਮੈਂ ਵਰਤੀ ਜਾਣੀ ਆ ਇਹ ਸਾਰੀ ਸਾਰੇ ਸੰਦ ਉਹ ਜਿਹੜੀ ਵਿੰਡੋ ਆ ਨਾ ਉਹ ਹਾਈਡਰਾਂ ਨਾਲ ਹੀ ਚੱਕਣੀ ਪੈਣੀ ਉਵੇਂ ਚੱਕੀ ਨੇ ਵੇਟ ਹੀ ਬਹੁਤ ਆ ਵੀ ਹਾਈਡਰਾਂ ਚੱਕੀ ਨਹੀਂ ਇਹਦਾ ਆਪ ਹੀ ਚੱਕ ਲਈ ਵੀਰੇ ਉਹਦਾ ਵੇਟ ਜ਼ਿਆਦੇ ਨਾ ਪੂਰੇ ਪਈ ਹੈ ਉਹ 2.5 ਕੁਇੰਟਲ ਦੀ ਇਕੱਲੀ ਖਾਲੀ ਸੀਗੀ ਵਿੱਚ ਕਰਾ ਕੁਰਾ ਭਰਿਆ ਹਨਾ ਜੀ ਹੁਣ ਮੇਰੇ ਸਾਨੂੰ 7-8 ਕੁਇੰਟਲ ਵੇਟ ਬਣ ਗਿਆ ਉਹਨਾਂ ਦਾ ਤੋ ਹੈਲਡਰਾਂ ਵਾਲੀ ਚੱਕੀ ਨਹੀਂ ਉਵੇਂ ਤਾਂ ਚੱਕੀ ਨਹੀਂ ਚੱਕੀ ਨਹੀਂ ਆਣੀ ਬਈ ਉਹ ਸੱਚੀ ਜਾਂ ਸਾਰੀ ਆਟ ਮਾੜੀ ਚੱਕ ਕੇ ਦੇਖੋ ਤੁਸੀਂ ਆ ਹੀ ਚੱਕ ਲਓ ਗੱਲੀ ਇਹ ਛੋਟੀ ਆ ਨਾ 2.5 ਫੁੱਟ ਵਾਲੀ ਤੇ ਨਹੀਂ ਇਹਦੀ ਜਿਹੜਾ ਰੇਟ ਤੁਸੀਂ ਵੇਖੋ ਕਿੰਨਾ ਕ ਹੋਊਗਾ ਅਣਜਾਣ ਬੰਦਾ ਮੰਨ ਲਾ ਬਈ ਅਣਜਾਣ ਬੰਦਾ ਕੋਈ
ਤੂੰ ਹੁਣ ਮੈਂ ਕਹਿ ਤੇ ਮੈਂ ਚਗਾਟ ਚੱਕ ਕੇ ਦੇਖ ਲਾ ਉਹਨੂੰ ਹੁਣ ਕਾਸੇ ਬਾਰੇ ਨਹੀਂ ਪਤਾ ਉਹ ਮੋਟੀ ਕਿਹੜੀ ਚੀਜ਼ ਹੁੰਦਾ ਜਲਾ ਬੇਬੀ ਇਹ ਟਾਟਾ ਦੀ ਚੰਗੀ ਆ ਇਹ ਵੇਟ ਤੋਂ ਹੀ ਪਤਾ ਲੱਗ ਜਾਂਦਾ ਏ ਆਵੇ ਹੁਣ ਟਾਟਾ ਦੀ ਸ਼ੀਟ ਲਿਖੀ ਵੀ ਇੱਥੇ ਆ ਦੇਖੋ ਇਧਰ ਟਾਟਾ ਦੀ ਸ਼ੀਟ ਲੱਗਾ ਲੋਗੋ ਹਾਂਜੀ ਹਾਂਜੀ ਪੱਕਾ ਕਰਕੇ ਲਾਇਆ ਅਗਲਿਆਂ ਦਾ ਇਹ ਨਾ ਅੰਦਰੋਂ ਪੇਂਟ ਕਰਾ ਦਿੰਦੇ ਠੀਕ ਹੈ ਮੈਂ ਕਰਵਾਈ ਨਹੀਂ ਠੀਕ ਹੈ ਸਿਰਫ ਆ ਟਾਟਾ ਦੀ ਸ਼ੀਟ ਵੀ ਦਿਖਾਉਣ ਦੀ ਖਾਤਰ ਬਈ ਇਹ ਰਿਹਾ ਹੁਣ ਘਰ ਵਾਲੇ ਨੂੰ ਪਤਾ ਹੋਊਗਾ ਵੀ ਟਾਟਾ ਦੀ ਸ਼ੀਟ ਲੱਗੀ ਵੀ ਆ ਜਦੋਂ ਉੱਤੇ ਪੇਂਟ ਕਰ ਦਿੰਦੇ ਬਾਅਦ ਚ ਪਤਾ ਨਹੀਂ ਲੱਗਣਾ ਸੀ ਬਾਪੂ ਸਮਾਨ ਕੋਈ ਇਹਨਾਂ ਨੇ ਲਾਇਆ ਤਾਂ ਨਹੀਂ ਫਿਰ ਉਵੇਂ ਤੁਹਾਨੂੰ ਪੁੱਛਦਾ ਮੈਂ ਹਾਂਜੀ ਹਾਂਜੀ ਵੀ ਜਿਹੜੀ ਚੀਜ਼ ਕਹੀ ਉਹੀ ਲੰਮੀ ਹੈ ਮਾੜੀ ਚਗਾੜ ਚੱਕ ਕੇ ਦੇਖੋ ਜੀ ਵੇਟ ਇਹਦਾ ਦੇਖੋ ਮਾੜਾ ਆ ਇਹ ਹੈ ਵੀ ਨਾਲੇ 2.5 ਫੁੱਟੀ ਚਗਾੜਾ ਛੋਟੀ ਆ ਭਾਰੀ ਆ ਓਏ ਤੇ ਪਤਾ ਵੈਸੇ ਹੀ ਲੱਗ ਜਾਂਦਾ ਵਜਨ ਤੋਂ ਹੀ ਪਤਾ ਲੱਗ ਜਾਂਦਾ ਵੀ ਚੰਗੀ ਲੱਗੀ ਜਾਂ ਮਾੜੀ ਲੱਗੀ ਆ ਇਹ ਤਾਂ ਉੱਤੇ ਸੱਟਣ ਵਾਲਾ ਕੰਮ ਆ ਇਹ ਗੱਲ ਆਏ ਆ ਬਾਈ ਇੱਕ ਹੋਰ ਆ ਜੇ ਬੰਦੇ ਨੇ ਆਪ ਵੀ ਨਿਰਖ ਪਰਖ ਕਰਨੀ ਆ ਤਾਂ ਉਹ ਆਪ ਵੀ ਆ ਕੇ ਕਰ ਸਕਦਾ ਜਾਂ ਜੇ ਕਿਤੇ ਬਾਈ ਕੰਮ ਚੱਲਦਾ ਅਗਲਾ ਕਹੇ ਮੈਂ ਫਲਾਨੀ ਕੋਠੀ 'ਚ ਆ ਕੇ ਕੰਮ ਦੇਖ ਕੇ ਆਉਣਾ ਜਦੋਂ ਮਰਜ਼ੀ ਜਿੱਥੇ ਮਰਜ਼ੀ ਤੇ ਬਾਈ ਆਪਾਂ ਪੰਜਾਬ 'ਚ ਮੈਂ ਗੱਲ ਕਰਾਂ ਪੰਜਾਬ ਦੇ ਵਿੱਚੋਂ ਕਿਤੋਂ ਵੀ ਕਿਸੇ ਪਿੰਡ 'ਚੋਂ ਜ਼ਿਲ੍ਹੇ 'ਚੋਂ ਕਸਬੇ 'ਚੋਂ ਫੋਨ ਬਾਹਲੀ ਦੂਰ ਤਾਂ ਮੈਂ ਤੁਹਾਨੂੰ ਕਹਾਂ ਵੀ ਕੰਮ ਜਦੋਂ ਹੁਣ ਆਪਦੇ ਏਰੀਏ 'ਚ ਹੀ ਕੰਮ ਵਧੀਆ ਚੱਲੀ ਜਾਂਦਾ ਨਾ ਵੀ ਆਪਦੇ ਏਰੀਏ ਪਿੰਡ 'ਚੋਂ ਹੀ ਨਹੀਂ ਕੰਮ ਮੁੱਕਦਾ ਠੀਕ ਹੈ ਪਿੰਡ 'ਚ ਹੀ ਵਾਧੂ ਆ ਹਾਂਜੀ ਪਿੰਡ 'ਚ ਹੀ ਵਾਧੂ ਆ ਬਾਕੀ 50-60 ਕਿਲੋਮੀਟਰ ਤੱਕ ਕਰ ਦਾਂਗੇ ਪਰ ਵਿਧ ਮਟੀਰੀਅਲ ਵਾਲੇ ਕਰਾਂਗੇ ਕਿਤੇ ਨਾ ਕਿਤੇ ਐ ਲੱਗਦਾ ਨੀ ਵੀ ਜਾਂ ਊਚ ਨੀਚ ਹੁੰਦੀ ਆ ਪੂਰਾ ਓਕੇ ਰਿਪੋਰਟ ਪਿੰਡ ਵਾਲਾ ਕਰਕੇ ਨੀ ਕਹਿਣਾ ਸਹੀ ਸਹੀ ਰਹਿ ਦੇਣੀ ਲੋਟ ਆ ਕੰਮ ਪੂਰਾ ਲੋਟ ਸਵਾਦ ਆ ਰਿਹਾ ਹਾਂ ਪੂਰਾ ਪੂਰਾ ਬਈ ਇੱਕ ਗੱਲ ਹੋਰ ਡੇਢ ਮਹੀਨਾ ਆ ਗਏ ਕੰਮ ਚੱਲਦੇ ਤੁਸੀਂ ਆਪ ਦੇਖ ਲਓ ਥੱਲੇ ਵੀ ਭੰਨ ਤੋੜ ਅੰਦਰੋਂ ਸਾਰੀ ਕੰਪਲੀਟ ਕਰਤੀ ਆ ਪਲਾਸਟਰ ਰਹਿੰਦਾ ਥੱਲੇ ਕਰਨ ਵਾਲਾ ਇੰਦਰਲੇ ਪਾਸੇ ਦਿਖਾ ਵੀ ਦੋ ਇੱਥੋਂ ਪਤਾ ਲੱਗਦਾ ਸਾਰਾ ਹੋ ਗਿਆ ਵੀ ਮੋਡੀਫਾਈ ਜਾਂ ਉਵੇਂ ਇਕੱਲੀ ਆ ਫਰੰਟ ਵਾਲੀ ਰਹਿੰਦੀ ਕਹਿੰਦਾ ਇੱਥੇ ਡਾਊਨ ਲੈਂਟਰ ਜਿਹਾ ਪੈਣਾ ਵਾ ਬਸ ਬਾਕੀ ਮੜੇ ਅੰਦਰ ਵੀ ਬਾਈ ਦੇਖ ਲਈਏ ਆਪਾਂ ਹਾਂਜੀ ਹਾਂਜੀ ਹਨਾ ਅੰਦਰ ਹੀ ਮੜੇ ਨਾਲ ਆ ਜਾਓ ਮੜੀ ਜੀ ਆਪਾਂ ਝਲਕ ਮਰਾ ਦਿੰਦੇ ਦਿਖਾ ਵੀ ਦਿੰਦੇ ਅੰਦਰ ਕਿਵੇਂ ਕੰਮ ਚੱਲਦਾ ਜਿਹੜੀ ਮੇਨ ਗੱਲ ਆਉਂਦੀ ਹੈ ਬਾਈ ਹਾਂਜੀ ਜਿਵੇਂ ਕੋਈ ਆਪ ਚੱਲ ਨਕਸ਼ਾ ਤਿਆਰ ਕਰਦੇ ਨੇ ਸਾਰੀ ਚੀਜ਼ ਜਿਵੇਂ ਵੀ ਹੈ ਵੀ ਉਹ ਤੁਹਾਨੂੰ ਕਹਿ ਦੇ ਵੀ ਆਹ ਚੀਜ਼ ਆਪਾਂ ਨੂੰ ਚਾਹੀਦੀ ਤੇ ਤੁਹਾਡੇ ਲਈ ਪਹਿਲੀ ਹੋਵੇ ਜਾਂ ਅਗਲਾ ਕਈ ਵਾਰੀ ਕਹਿ ਦਿੰਦਾ ਵੀ ਬਾਹਰੋਂ ਹਵੇਲੀ ਵਾਂਗੂ ਹੋਵੇ ਅੰਦਰੋਂ ਚਾਹੇ ਘਰ ਟੈਪ ਜਾਂ ਕੋਠੀ ਟੈਪ ਹੀ ਉਹ ਵੀ ਚੀਜ਼ ਤਿਆਰ ਹੋ ਜਾਓ ਹਾਂਜੀ ਹਾਂਜੀ ਵੀ ਜੋ ਚੀਜ਼ ਮਰਜ਼ੀ ਲਿਓ ਜਿਹੜੀ ਚੀਜ਼ ਮਰਜ਼ੀ ਜਿਹੜੀ ਚੀਜ਼ ਬਣਾਉਣਾ ਆਹ ਇੱਥੇ ਪਹਿਲਾਂ ਪੌੜੀ ਚੜ੍ਹੀ ਸੀਗੀ ਇਹ ਭੰਨ ਤੋੜ ਕਰਕੇ ਹੁਣ ਇੱਥੋਂ ਚੜ੍ਹਾਉਣੀ ਆ ਪੌੜੀ ਇੱਥੋਂ ਪੌੜੀ ਚੜ੍ਹੀ ਸੀ ਪਹਿਲਾਂ ਚੜ੍ਹੀ ਸੀ ਹਾਂਜੀ ਇਹ ਘਰ ਤੋਂ ਕੋਠੀ ਕਰਨੀ ਹਾਂਜੀ ਹਾਂਜੀ ਬਾਣੀ ਭੰਨ ਤੋੜ ਪਹਿਲਾਂ ਵੀ ਕੋਠੀ ਸੀਗੀ ਅੱਛਾ ਪਹਿਲਾਂ ਪਰ ਸਿੰਪਲ ਜੀ ਸੀਗੀ ਹਾਂ ਇੱਥੋਂ ਪੌੜੀਆਂ ਹਨ ਚੱਕਤੀਆਂ ਹਾਂਜੀ ਤੇ ਇਹ ਕਿੱਥੇ ਸੈਟਿੰਗ ਆਉਣੀ ਹੈ ਇਹਦੀ ਇਹ ਹੁਣ ਇੱਧਰ ਚੜ੍ਹਾਉਣੀਆਂ ਵੀਰੇ ਸਾਈਡ ਇੱਧਰਲੇ ਪਾਸੇ ਹਾਂਜੀ ਵੀਰੇ ਇੱਥੋਂ ਸਟਾਰਟਿੰਗ ਕਰ ਦੇਣੀ ਆ ਹਾਂ ਫਿਰ ਉਧਰੋਂ ਐ ਨੂੰ ਆ ਜਾਣਗੇ ਠੀਕ ਆ ਵੀ ਜਿਹੜਾ ਇਹਦੇ ਨਾਲ ਜੁੜ ਜਾਣਗੇ ਬਾਹਰਲੇ ਹਿਸਾਬ ਨਾਲ ਤੇ ਅੰਦਰੋਂ ਵੀ ਪੱਟ ਕੇ ਉਵੇਂ ਨਕਸ਼ਾ ਕੋਠੀ ਦਾ ਤਿਆਰ ਕੀਤਾ ਜਿਹੜਾ ਸੋਚਿਆ ਹਾਂਜੀ ਹਾਂਜੀ ਕੋਠੀ ਤੋਂ ਹੀ ਕੋਠੀ ਰਿਨਿਊ ਕਰਤੀ ਹਾਂਜੀ ਹਾਂਜੀ ਨਵਾਂ ਕਰਤਾ ਪਹਿਲਾਂ ਸਿੰਪਲ ਕੋਠੀ ਸੀਗੀ ਮੰਨ ਲਓ ਹੁਣ ਜਾਂ ਡਿਜ਼ਾਈਨਦਾਰ ਬਣਾਤੀ ਨਾ ਹੁਣ ਡਿਜ਼ਾਈਨ ਕਰ ਵੀ ਉਹਨੇ ਏਰੀਆ ਦੇ ਵਿੱਚ ਵੀ ਜਿਹੜਾ ਨਵਾਂ ਡਿਜ਼ਾਈਨ ਤਿਆਰ ਕਰਾਉਣਾ ਹਾਂਜੀ ਹਾਂਜੀ ਉਹ ਨਵਾਂ ਵੀ ਹੋ ਜੂ ਹਾਂਜੀ ਹਾਂਜੀ ਹਾਂ ਵੀ ਬਾਕੀ ਜਿਹੜੇ ਕਮਰੇ ਸੀ ਥੱਲੇ ਜਿਵੇਂ ਆ ਸਟੋਰ ਚੇਂਜ ਕਰਤਾ ਠੀਕ ਹੈ ਡਰਾਇੰਗ ਰੂਮ ਪਹਿਲਾਂ ਖੁੱਲਾ ਸੀਗਾ ਸਟੋਰ ਵੀ ਪਹਿਲਾਂ ਖੁੱਲਾ ਹੀ ਸੀਗਾ ਹਾਂਜੀ ਉੱਥੇ ਹੁਣ ਪੌੜੀ ਚੜ੍ਹ ਜਾਣੇ ਡਰਾਇੰਗ ਰੂਮ ਵੀ ਖੁੱਲਾ ਸੀਗਾ ਉੱਥੇ ਹੁਣ ਐਂਟਰੀ ਗੇਟ ਬਣਾ ਦੇਣਾ ਜੀ ਇੱਧਰ ਮੇਨ ਗੇਟ ਇੱਧਰ ਬਣ ਗਏ ਅੱਗੇ ਇੱਧਰਲੀ ਸਾਈਡ ਸੀਗਾ ਇੱਧਰਲੇ ਪਾਸੇ ਹੁਣ ਮੇਨ ਗੇਟ ਆ ਗਿਆ ਹਾਂਜੀ ਵੀ ਜਿਹੜਾ ਰੂਮ ਬਣ ਗਿਆ ਆਹ ਡਰਾਇੰਗ ਰੂਮ ਬਣ ਗਿਆ ਜੇ ਇਹਦਾ ਮਤਲਬ ਹੁਣ ਐ ਆ ਵੀ ਜੇ ਕੋਠੀ ਦੇ ਵਿੱਚ ਹੀ ਨਵੀਂ ਕੋਠੀ ਦਾ ਨਕਸ਼ਾ ਤਿਆਰ ਕਰਕੇ ਨਵੀਂ ਚੀਜ਼ ਚਾਹੀਦੀ ਹੈ ਜਾਂ ਘਰ 'ਚ ਚਾਹੀਦੀ ਹੈ ਉਹ ਵੀ ਹੋ ਜੂਗੀ ਹਾਂਜੀ ਹਾਂਜੀ ਬੰਨ ਤੋੜ ਕਰਕੇ ਜਿਵੇਂ ਵੀ ਲੋਟ ਹੁੰਦਾ ਹੈ ਵੀ ਉਹਨੇ ਥਾਂ ਦੇ ਵਿੱਚ ਜੇ ਹੋਰ ਨਵਾਂ ਡਿਜ਼ਾਈਨ ਚਾਹੀਦਾ ਹਾਂਜੀ ਹਾਂਜੀ ਤਾਂ ਉਹ ਤਿਆਰ ਕਰ ਦੋਗੇ ਨਵਾਂ ਤਾਂ ਜਿਹੜਾ ਹੈਗਾ ਨਵਾਂ ਤਾਂ ਬਾਈ ਹੋ ਹੀ ਜਾਣੀ ਹੈ ਘਰ ਵੀ ਤਿਆਰ ਹੋ ਜਾਣੀ ਕੋਠੀ ਵੀ ਤਿਆਰ ਜਿੱਦਾਂ ਦਾ ਮਰਜ਼ੀ ਹੋਵੇ ਡਿਜ਼ਾਈਨ ਹੋਵੇ ਕੋਈ ਨਕਸ਼ਾ ਹਵੇਲੀ ਟਾਈਪ ਹੋਵੇ ਕੁਛ ਵੀ ਹੋਵੇ ਹੈ ਨਾ ਸਾਰਾ ਤਿਆਰ ਕਰ ਤੇ ਜੇ ਬਈ ਹਵੇਲੀ ਦੀ ਕੋਈ ਹਵੇਲੀ ਅਗਲਾ ਕੋਈ ਸਾਰੀ ਓਵਰ ਹਵੇਲੀ ਵੀ ਤਿਆਰ ਕਰ ਹਵੇਲੀ ਵੀ ਆਪਾਂ ਵੀਡੀਓ ਚੋ ਕਰ ਦਿੰਨੇ ਆ ਹਾਂ ਮਨ ਕੇ ਨਕਸ਼ੇ ਬਣ ਕੇ ਆ ਗਏ ਜੀ ਆਪਾਂ ਦਿਖਾਵਾਂਗੇ ਵੀਡੀਓ ਚ ਹਵੇਲੀ ਵੀ ਆਪਾਂ ਸ਼ੁਰੂ ਕਰਨਾ ਅੱਛਾ ਉਹਦਾ ਵੀ ਕੰਮ ਪ੍ਰੋਜੈਕਟ ਸ਼ੁਰੂ ਕਰਤਾ ਹਵੇਲੀ ਵਾਲਾ ਹਾਂ ਬਾ ਮਹੀਨਾ ਕ ਵੇਟ ਆ ਮਹੀਨੇ ਨੂੰ ਕੰਮ ਸ਼ੁਰੂ ਕਰਨਾ ਹਾਂਜੀ ਹਾਂਜੀ ਮਹੀਨੇ ਤੱਕ ਇਹ ਪਹਿਲਾ ਕੰਮ ਫਿਰ ਫਾਦਰ ਸਾਹਿਬ ਸਾਹਮਣੇ ਸੀ ਹਾਂਜੀ ਹਾਂਜੀ ਪਹਿਲਾਂ ਉਹਨਾਂ ਕੋਲੇ ਸੀ ਉਹਨਾਂ ਕੋਲ ਹੁੰਦਾ ਤੇ ਫਿਰ ਕਦੋਂ ਸਾਹਮਣੇ ਕੰਮ ਵੀਰੇ ਬਸ ਪੜ੍ਹਨੇ ਜੋ 7ਵੀਂ 'ਚ ਪੜ੍ਹਦਾ ਹੁੰਦਾ ਸੀਗਾ ਠੀਕ ਹੈ ਸਕੂਲੋਂ ਆਉਣਾ ਛੁੱਟੀ ਮਿਲਣੀ ਘਰੇ ਬਾਤਾ ਸਿੱਟਣਾ ਇੱਥੇ ਹੀ ਆ ਜਾਂਦਾ ਨਹੀਂ ਮੈਂ ਆ ਪਹਿਲਾ ਕੰਮ ਆ ਜਾਣਾ ਕਿ ਜਿੱਥੋਂ ਭੁੱਸ ਜਿਹਾ ਪੈ ਗਿਆ ਵੀ ਸ਼ੌਂਕ ਜਿਹਾ ਪੈ ਗਿਆ ਕੰਮ ਦਾ ਇੱਥੇ ਆਉਣਾ ਬਸ ਇੱਥੋਂ ਹੀ ਸਟਾਰਟਿੰਗ ਹੋ ਗਈ ਜਦੋਂ ਫਿਰ ਸਕੂਲੇ ਫਿਰ ਜਦੋਂ ਕਹਿ ਦਈਏ ਮੈਦਾ ਪੀੜ ਹੁੰਦਾ ਸੀ ਇੱਧਰ ਨਹੀਂ ਗੁਣਾ ਗੁਣਾ ਉੱਧਰ ਹੁੰਦੇ ਸੀ ਬਾਪੂ ਕਿਹੜੀ ਕੋਠੀ 'ਚ ਆਊ ਅੱਜ ਵੀ ਉੱਧਰ ਜਾਣਾ ਰੱਬ ਰੱਖ ਸੀਗਾ ਐਂ ਪਾਸ ਹੁੰਦੇ ਗਏ ਬਸ ਤਾਂ ਸੈੱਟ ਕੇ ਇੱਧਰ ਨੂੰ ਆਉਣਾ ਬਾਪੂ ਵੱਲ ਬੜੇ ਬੜੇ ਤਾਂ ਹੈ ਨਹੀਂ ਆਪਾਂ ਜਾਵਾਂਗੇ ਅੱਛਾ ਹੁਣ ਬਾਪੂ ਹੀ ਨੇ ਕਰਤਾ ਫਿਰ ਫਰੀ ਹੈ ਹਾਂਜੀ ਹਾਂਜੀ ਬਾਪੂ ਫਰੀ ਹੈ ਬਾਪੂ ਫਰੀ ਹੈ ਫਿਰ ਆਪ ਸਾਂਭ ਲੈ ਹਾਂਜੀ ਹਾਂਜੀ
ਸਾਹਮਣਾ ਤਾਂ ਪੈਣਾ ਹੀ ਸੀਗਾ ਬਈ ਨਹੀਂ ਲੋਟ ਆ ਬਈ ਯਾਰ ਕੰਮ ਓਕੇ ਆ ਇੱਕ ਵਾਰੀ ਬਈ ਐਡਰੈਸ ਆ ਜਿਹੜਾ ਐਡਰੈਸ ਸਹੀ ਤੇ ਇੱਕ ਵਾਰੀ ਨੰਬਰ ਜ਼ਰੂਰ ਬੋਲਦੇ ਆ ਉਹਦਾ ਹਾਂਜੀ ਵੀਰੇ ਨੰਬਰ ਲਾ ਦਾਂਗੇ ਆਪਾਂ ਨੰਬਰ ਜਿਹੜਾ ਬੋਲ ਚੱਲਦਾ ਉਹ ਇੱਕ ਵਾਰੀ ਵੀਰੇ ਬੋਲ ਵੀ ਨਹੀਂ ਕਿਹੜਾ ਲਾ 9861314 ਵੀਰੇ ਹਾਂ ਇਹ ਨੰਬਰ ਪਿੰਡ ਮਈਆਂ ਵਾਲਾ ਕਲਾ ਥੋੜਾ ਆਪਦਾ ਹੀ ਪਰਸਨਲ ਇਹ ਨੰਬਰ ਤੇ ਕੰਟੈਕਟ ਕਰ ਲਿਓ ਬਾਕੀ ਜ਼ਿਆਦਾ ਦੂਰ ਤਾਂ ਨਹੀਂ ਜਿੰਨਾ ਕੁ ਬਾਈ ਨੇ ਕਿਹਾ ਉਨੇ ਕੁ ਦੇਰੇ ਦੇ ਏਰੀਏ ਦੇ ਵਿੱਚ ਕੰਮ ਕਰ ਦੇਣਗੇ ਹਨਾ ਬਾਕੀ ਆਪਣੇ ਪਿੰਡ ਦੇ ਵਿੱਚ ਰਿਕਾਰਡ ਤੁਸੀਂ ਬਾਈ ਦੇ ਆ ਕੇ ਚੈੱਕ ਕਰ ਸਕਦੇ ਹਾਂ ਹਾਂਜੀ ਜਦੋਂ ਮਰਜ਼ੀ ਕਿਤੇ ਆ ਕੇ ਕੋਈ ਕੋਠੀ ਚੈੱਕ ਕਰਨੀ ਪਿੰਡ 'ਚ ਰਿਸ਼ਤੇਦਾਰੀਆਂ ਹੁੰਦੀਆਂ ਕਈ ਚਲੋ ਹੁੰਦੇ ਹਨਾ ਜੇ ਕਿਸੇ ਨੇ ਕੰਮ ਕਰਨਾ ਪਤਾ ਕਰ ਸਕਦੇ ਪਿੰਡ 'ਚ ਜਦੋਂ ਮਰਜ਼ੀ ਜਦੋਂ ਮਰਜ਼ੀ ਵੀ ਜਦੋਂ ਬਾਹਰ ਕੰਮ ਹੋਊ ਫਿਰ ਬਾਹਰੋਂ ਵੀ ਪਤਾ ਕਰ ਸਕਦੇ ਹਾਂਜੀ ਹਾਂਜੀ ਹੋਰ ਬਾਈ ਜੇ ਤੇਰੇ ਦਿਲ 'ਚ ਕੋਈ ਗੱਲ ਰਹਿੰਦੀ ਹੈ ਤਾਂ ਉਹ ਵੀ ਕਰ ਲਾ ਓਕੇ ਰਿਪੋਰਟ ਓਕੇ ਵੈਦ ਮਟੀਰੀਅਲ ਉਹੀ ਕੰਮ ਕਰਨਾ ਸਾਰਾ ਆਪ ਹੀ ਵੈਦ ਮਟੀਰੀਅਲ ਹੀ ਕਰਨਾ ਚੋਇਸ ਨਹੀਂ ਅਗਲੇ ਨੂੰ ਨਹੀਂ ਵੈਦ ਮਟੀਰੀਅਲ ਹੀ ਸਾਰਾ ਅਗਲੇ ਤੋਂ ਕਹਿਣਾ ਵੀ ਆ ਕਰਕੇ ਤੁਹਾਨੂੰ ਕੋਠੀ ਜਾਣਾ ਭਾਈ ਕਰਦਾ ਨਹੀਂ ਤੁਸੀਂ ਚੂਜ਼ ਕਰਨਾ ਨਕਸ਼ਾ ਜਾਂ ਕਿਵੇਂ ਹਾਂਜੀ ਹਾਂਜੀ ਉਹ ਸਾਰਾ ਕੋ ਉਹਨਾਂ ਨੇ ਕੇਰਾ ਨਕਸ਼ਾ ਬਣਾ ਲੈਣਾ ਠੀਕ ਹੈ ਕੰਮ ਆਪਾਂ ਕਰ ਦਾਂਗੇ ਸਾਰਾ ਸਾਰਾ ਤੁਸੀਂ ਸਾਹਮਣਾ ਹਾਂਜੀ ਹਾਂਜੀ ਤੁਸੀਂ ਬਸ ਇਹ ਚੀਜ਼ ਹੈ ਤੁਹਾਨੂੰ ਅਗਲੇ ਨੇ ਜਿਵੇਂ ਨਕਸ਼ਾ ਤਿਆਰ ਕਰਤਾ ਥਾਂ ਦਿੱਤਾ ਉਦੋਂ ਬਾਅਦ ਚਾਬੀਆਂ ਫੜਨੇ ਹਾਂਜੀ ਹਾਂਜੀ ਚਾਬੀਆਂ ਆ ਕੇ ਜਿੰਨੇ ਟਾਈਮ ਦਾ ਤੁਸੀਂ ਅਗਲੇ ਨੂੰ ਕਹਤਾ ਇੰਨੇ ਟਾਈਮ 'ਚ ਚੀਜ਼ ਤਿਆਰ ਹੋ ਜੂ ਕੋਠੀ ਇੰਨੇ ਟਾਈਮ 'ਚ ਤਿਆਰ ਹੋ ਗਈ ਤੇ ਉਹਨੇ ਚਾਬੀਆਂ ਫੜਨੀਆਂ ਆ ਕੇ ਹਾਂਜੀ ਵੀਰੇ ਹਾਂ ਮੇਰਾ ਡੇਢ ਮਹੀਨਾ ਹੋ ਗਿਆ ਇਹ ਦਸੰਬਰ ਤੱਕ ਤਿਆਰ ਕਰ ਦੇਣੀ ਆ ਦਸੰਬਰ ਤੱਕ ਤਿਆਰ ਹੋ ਜੂਗਾ ਜਿਹੜੀ ਪਿੱਛੇ ਬੰਦੀ ਹੈ ਹਾਂਜੀ ਤੇ ਇਹ ਕੋਠੀ ਵਿੱਚੋਂ ਹੀ ਕੋਠੀ ਕੱਢੀ ਹੈ ਹਾਂਜੀ ਹਾਂਜੀ ਹਨਾ ਕੋਠੀ 'ਚੋਂ ਕੋਠੀ ਨਵੀਂ ਤਿਆਰ ਕਰਤੀ ਇੱਕ ਛੋਟਾ ਜਿਹਾ ਨਾ ਡੈਮੋ ਦਿਖਾਉਣ ਆਏ ਆ ਪ੍ਰੈਕਟਿਸ ਜਿਹੜਾ ਬਾਈ ਨੇ ਕੀਤਾ ਹੋਇਆ ਕਹਿ ਦਈਏ ਤਿਆਰ ਇੱਥੇ ਕੰਮ ਇੰਨਾ ਫਿਨਿਸ਼ਿੰਗ ਨਾ ਹੋਇਆ ਹੋਇਆ ਨਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਆਹ ਚੀਜ਼ ਬਾਈ ਜਿਹੜੀ ਹੈ ਨਾ ਆਹ ਜਿਹੜੀ ਕੈਮਰੇ ਦੇ ਵਿੱਚ ਮਾੜੀ ਜੀ ਕੈਪਚਰ ਕਰ ਲਿਓ ਬਾਈ ਇਹਨੂੰ ਮੈਂ ਇਹ ਚੀਜ਼ ਆਪ ਜਿਹੜੀ ਤੈਨੂੰ ਦੱਸ ਰਿਹਾ ਬੋਲ ਕੇ ਹਾਂਜੀ ਮੈਨੂੰ ਲੱਗਦਾ ਇਹਨੂੰ ਪਲਾਸਟਰ ਦੀ ਲੋੜ ਨਹੀਂ ਨਹੀਂ ਬਈ ਜੇ ਹਿਸਾਬ ਨਾਲ ਕੰਮ ਹੋਇਆ ਪਹਿਲਾਂ ਹੀ ਮਿਹਨਤ ਬਹੁਤ ਕਰ ਲਈ ਵੀਰੇ ਇਸ 'ਤੇ ਇਹ ਤੇ ਟਾਈਮ ਵੀ ਮੈਂ ਖਾਸਾ ਰੀਜਨਲ ਆਇਆ ਹੋ ਟਾਈਮ ਵੀ ਵੀਰੇ ਬਸ ਆਈ ਆ ਹੁਣ ਚੀਜ਼ ਵੀ ਵਧੀਆ ਬਣੀ ਵੀ ਆ ਹੁਣ ਧਾਰਾਂ ਧੂਰਾ ਵੇਖੋ ਐਨ ਪਲਾਸਟਰ ਕਰਨ ਦੀ ਲੋੜ ਨਹੀਂ ਪੈਣੀ ਇਹਨੂੰ ਉਹ ਇਧਰੋਂ ਯਾਰ ਪਤਾ ਲੱਗ ਜਾਂਦਾ ਵੀ ਚੀਜ਼ ਵਧੀਆ ਬਣੀ ਆ ਹਾਂ ਸਹੀ ਇਹ ਇਹ ਜਿਹੜਾ ਡਿਜ਼ਾਈਨ ਆ ਇਹ ਇੱਕ ਛੋਟੇ 'ਚ ਆ ਗਿਆ ਇੱਕ ਆ ਚੰਗਾ ਗਿਆ ਅੰਦਰੋਂ ਮੈਂ ਓਪਨ ਆ ਹਨਾ ਹਾਂਜੀ ਹਾਂਜੀ ਵੀਰੇ ਅੰਦਰੋਂ ਪਿਛਲੇ ਪਾਸੇ ਮੈਂ ਦੇਖ ਕੇ ਆਇਆ ਵੀ ਅੰਦਰੋਂ ਓਪਨ ਆ ਇਹ ਇੱਕ ਘਰ ਟੈਪ ਆ ਗਿਆ ਹਾਂਜੀ ਘਰ ਹੀ ਮੰਨ ਲਏ ਆਪਾਂ ਨਹੀਂ ਵੀਰੇ ਕੋਠੀ ਟੈਪ ਹੀ ਹੈ ਵੀ ਕੋਠੀ ਟੈਪ ਆ ਇਹਦੇ ਲਾ ਦਾਂਗੇ ਵਿੱਚ ਆਪਾਂ ਹਜੇ ਕਰਨੀ ਆ ਹਾਂਜੀ ਹਾਂਜੀ ਵੀਰੇ ਐਡ ਕਰਦੇ ਇਹਨੇ ਕੰਪਲੀਟ ਆ ਹਾਂਜੀ ਹਾਂਜੀ ਹਜੇ ਹੋਣੀ ਆ ਇਹ ਹਜੇ ਤਾਂ ਹੋਰ ਬਾਨੀ ਵੀਰੇ ਉੱਪਰ ਹਜੇ ਤਾਂ ਚੜੂਗੀ ਹਾਂਜੀ ਹਾਂ ਐਂ ਦੇਖ ਕੇ ਲਾ ਦੇ ਸਿੰਪਲ ਘਰ ਆ ਹਜੇ ਜਦੋਂ ਤਾਂ ਚੜ ਗਈ ਇੱਕ ਮੰਜ਼ਲ ਹੋਰ ਜਾਂ ਦੋ ਮੰਜ਼ਲ ਜਿੰਨੀਆਂ ਵੀ ਚੜ੍ਹਦੇ ਆ ਫਿਰ ਕੋਠੀ ਟੈਪ ਦੇ ਵਿੱਚ ਆਊ ਹਾਂਜੀ ਹਾਂਜੀ ਬਾਕੀ ਕੰਮ ਆ ਜਿਹੜਾ ਉਹ ਸਪੈਸ਼ਲੀ ਤਾਂ ਦਿਖਾਉਣਾ ਹੈ ਵੀ ਕੰਮ ਪੂਰਾ ਬਰੀਕੀ ਨਾਲ ਹੋਇਆ ਹੋਇਆ ਸੀਨ ਮੈਂ ਹੋਰ ਨੇੜੇ ਕਰਕੇ ਵੀ ਬਾਈ ਲਾ ਦੂੰ ਉੱਤੇ ਹਾਂਜੀ ਹਾਂਜੀ ਪਰ ਦੇਖ ਕੇ ਪਤਾ ਲੱਗਦਾ ਵੀ ਹਾਂ ਮਿਹਨਤ ਲੱਗੀ ਹੈ ਹਨਾ ਜੇ ਤੁਸੀਂ ਪਲਾਸਟਰ ਵੀ ਚੈੱਕ ਕਰਨਾ ਨਾ ਉਹ ਵੀ ਤੁਹਾਨੂੰ ਦਿਖਾ ਲੈਂਦੇ ਆਪਾਂ ਪੂਰਾ ਐਨ ਤੁਸੀਂ ਆਪ ਕਹੋਗੇ ਵੀ ਵਾਕਈ ਕੰਮ ਹੋਇਆ ਹੋਇਆ ਕੱਲੀ ਕੱਲੀ ਚੀਜ਼ ਚੈੱਕ ਕਰਾਉਣ ਨੂੰ ਤਿਆਰ ਹਾਂ 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 ਬਈ ਜਦੋਂ ਮਰਜ਼ੀ ਜਿਹੜੀ ਚੀਜ਼ ਕਹਿਤੀ ਹੋਵੇ ਆਣੇ ਆ ਵੀ ਆਪਾਂ ਗੱਲਾਂ ਨਹੀਂ ਕਰਦੇ ਆਮ ਠੇਕੇ ਦਰਾਂ ਨੂੰ ਵੀ ਆ ਚੀਜ਼ ਆਏ ਮੈਂ ਆਏ ਕਰਦਾ ਜਾਵਾਂ ਆਪਣੇ ਕੋਲ ਕੰਮ ਆ ਕੇ ਦੇਖੋ ਫੇਰ ਪਤਾ ਲੱਗਦਾ ਕੰਮ ਦਾ ਹਾਂ ਵੀ ਆ ਗੱਲਾਂ 'ਚ ਕਰੀ ਹੋ ਕੀ ਫਾਇਦਾ ਸਾ ਉਹੀ ਵੀ ਕੱਲਾ ਕੱਲਾ ਕੌਲਾ ਥਮਲਾ ਹੈ ਕੱਲੀ ਕੱਲੀ ਵਿੱਚ ਆਏ ਇੱਟ ਵੀ ਆ ਕੇ ਆਪਾਂ ਸਿਰਫ ਇਹ ਆਣੇ ਵੀ ਫੋਨ ਬਣਾ ਕਰੋ ਪਹਿਲਾਂ ਕੰਮ ਆ ਕੇ ਦੇਖੋ ਹਾਂ ਫੇਰ ਪਤਾ ਲੱਗਦਾ ਕੰਮ ਦਾ ਪਹਿਲਾਂ ਨਾ ਵੀ ਸਹੀ ਗੱਲਾਂ ਕਰੀਏ ਉਹਦਾ ਕੀ ਫਾਇਦਾ ਮੈਂ ਕਹੂੰਗਾ ਮੈਂ ਐਂ ਕਰਦਾ ਜਿਉਂ ਕਰਦਾ ਗੱਲਾਂ ਨਾਲ ਨਹੀਂ ਪਤਾ ਲੱਗਦਾ ਕੰਮ ਤੋਂ ਪਤਾ ਲੱਗਦਾ ਆ ਕੇ ਕੰਮ ਦੇਖਣ ਹਾਂ ਵੀ ਜਿੱਥੇ ਤੇ ਕੰਮ ਕੀਤਾ ਕੰਮ ਦੇਖ ਕੇ ਆ ਕੇ ਜਦੋਂ ਮਨ ਨੂੰ ਤਸੱਲੀ ਹੋ ਗਈ ਫੇਰ ਰੁਪਏ ਫੜਾ ਦਿਓ ਫਿਰ ਕਹਿ ਦਿਓ ਵੀ ਭਾਈ ਚਾਬੀਆਂ ਫੜਾ ਦੀ ਸਾਨੂੰ ਤੇ ਕੰਮ ਵੀ ਆਪਾਂ ਲੈ ਕੇ ਗਰੰਟੀ ਦੇਵਾਂਗੇ ਪੂਰਾ ਟੌਪ ਦਾ ਹੋਊਗਾ ਕੰਮ ਵਧੀਆ ਕਿਸੇ ਪਾਸੋਂ ਸ਼ਿਕਾਇਤ ਆ ਆਉਣ ਵਾਲੀ ਗੱਲ ਨਹੀਂ ਆਪਣਾ ਕੰਮ ਕੀਤਾ ਪੇਂਟ ਕਰਾਉਣ ਦੀ ਲੋੜ ਨਹੀਂ ਪੈਂਦੀ ਇੰਨੀ ਸਫਾਈ ਕਰ ਦਾਂਗਾ ਪਲਾਸਟਰ ਦੀ ਇੰਨੀ ਸਫਾਈ ਦੇਵਾਂ ਆ ਵੀ ਚੀਜ਼ ਨੋਟ ਕਰ ਲਓ ਜਿੱਥੇ ਪਲਾਸਟਰ ਕਹਿੰਦੇ ਕਰਤਾ ਉਦੋਂ ਇਹ ਰੰਗ ਦੀ ਵੀ ਲੋੜ ਨਹੀਂ ਹਾਂ ਉਹਨੇ ਜੀ 50% ਮਾਰ ਲੱਗ ਜਾਂਦਾ ਪ੍ਰਭਾਵ ਪੈਣ ਲੱਗ ਜਾਂਦਾ ਆਪੇ ਹੀ ਵੀ ਹਾਂ ਯਾਰ ਕੰਮ ਕੀਤਾ ਹੋਇਆ ਦੇਖ ਕੇ ਪਤਾ ਲੱਗਦਾ ਬਾਈ ਬੰਦਾ ਜਿਹੜਾ ਪਰਖ ਵਾਲਾ ਉਹਨੂੰ ਦੂਰੋਂ ਹੀ ਪਤਾ ਲੱਗ ਜਾਣਾ ਹਨਾ ਉਹ ਤੇ ਤੁਸੀਂ ਦੂਰੋਂ ਖੜੇ ਹੀ ਪਤਾ ਲੱਗ ਜੂ ਬੰਦੇ ਦਾ ਵੀ ਕੰਮ ਵਧੀਆ ਹੋਇਆ ਜਾਂ ਮਾੜਾ ਹੋਇਆ ਵਾ ਵੀ ਕਚਲਾ ਮਚਲਾ ਕੀਤਾ ਕਿ ਚੱਜਣਾ ਕੀਤਾ ਸਫਾਈ ਨਾਲ ਸਹੀ ਹੈ ਨਾ ਹਾਂਜੀ ਹਾਂਜੀ ਬਾਕੀ ਬਾਈ ਗੱਲ ਜਿਹੜੀ ਮੁੱਕਦੀ ਉਹ ਇੱਥੇ ਹੀ ਹੈ ਕੋਲੇ ਖੜ ਕੇ ਕਰਾਉਣਾ ਐਪ ਚਾਹੇ ਖੜ ਕੇ ਕਰਾ ਲਿਓ ਤੇ ਚਾਹੇ ਪਾਸੇ ਹੋ ਜਾਓ ਬਾਈ ਉਨੀ ਰੀਜਨ ਵਾਲੀ ਕੰਮ ਕਰੋ ਹੈ ਸਿੱਧੀ ਗੱਲ ਆ ਕੰਮ ਹੈ ਨਹੀਂ ਵੀਰੇ ਆਪਣੇ ਆਪਾਂ ਕੰਮ ਕਰੀਦਾ ਇਮਾਨਦਾਰੀ ਨਾਲ ਹੀ ਜੀ ਤਾਂ ਹੀ ਪਿੰਡ 'ਚ ਟਿਕ ਜਾਂਦੇ ਆ ਪਿੰਡ 'ਚ ਹਰੇਕ ਬੰਦਾ ਆਪਣੀ ਸਹੁੰ ਦੇਣ ਨੂੰ ਤਿਆਰ ਆ ਵੀ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ ਨਹੀਂ ਇਹ ਤਾਂ ਹੈ ਵੀ ਬਾਕੀ ਜਿਹੜੀ ਮੇਨ ਗੱਲ ਮੋੜ ਘੋੜ ਕੇ ਉੱਥੇ ਹੀ ਆਉਂਦੀ ਹੈ ਜਦੋਂ ਕਰਾਉਂਗੇ ਜਦੋਂ ਕਰੋਗੇ ਗੱਲਬਾਤ ਬਾਈ ਨਾਲ ਕਰੋਗੇ ਤੁਹਾਨੂੰ ਪਤਾ ਲੱਗ ਜੂਗਾ ਵੀ ਕੀ ਹਿਸਾਬ ਕਿਤਾਬ ਆ ਕਿ ਨਹੀਂ ਹਾਂਜੀ ਉਹ ਤਾਂ ਕੰਮ ਕੀਤੇ ਤੁਸੀਂ ਪਤਾ ਹਨਾ ਕੰਮ ਕੀਤੇ ਤਾਂ ਚਾਹੇ ਕੰਮ ਦੇਖ ਕੇ ਕਰ ਲਿਓ ਤੇ ਨੰਬਰ ਚੱਲਦਾ ਬਾਈ ਦਾ ਨੰਬਰ ਲਾ ਜ਼ਰੂਰ ਲਿਓ ਇੰਸਟਾ ਆਈ ਡੀ ਵੀ ਆ ਇੰਸਟਾ ਆਈ ਡੀ ਬਾਈ ਕੀ ਹੈ ਤੁਸੀਂ ਗਰਸੇਕ ਠੇਕੇਦਾਰ
ਨਾਲੇ ਉੱਤੇ ਕੰਮ ਦੇਖ ਲਓ ਵੀ ਕਿਵੇਂ ਹੋਇਆ ਵੀਡੀਓ ਪੰਜਾਂ ਸਾਰ ਨੂੰ ਨਾਲੇ ਕੰਮ ਦੇਖ ਲਓ ਤੇ ਵਿਦ ਮਟੀਰੀਅਲ ਕੰਮ ਆ ਬਾਈ ਦਾ ਹਾਂਜੀ।